ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਕੱਲ 20/12/2020 ਨੂੰ ਸਾਰੇ ਸੰਸਾਰ ਨੇ, ਸਾਰੇ ਜਗਤ ਨੇ, ਸਾਰੇ ਨਾਨਕ ਨਾਮ ਲੇਵਾ ਸੰਗਤਾਂ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਸ਼ਹੀਦੀ ਦਿਵਸ ਬੜੇ ਪਿਆਰ ਸਤਿਕਾਰ ਸ਼ਰਧਾ ਦੇ ਨਾਲ ਮਨਾਉਂਦਿਆਂ ਹੋਇਆਂ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਹੈ, ਉਹਨਾਂ ਨੂੰ ਸੀਸ ਝੁਕਾਇਆ ਹੈ। ਉਸੇ ਇਤਿਹਾਸ ਦਾ ਅੰਗ ਹੈ ਬੜ ਖਾਲਸਾ ਦਾ ਇਹ ਪਵਿੱਤਰ ਪਾਵਨ ਮਹਾਨ ਇਤਿਹਾਸਕ ਅਸਥਾਨ, ਜਿੱਥੇ ਭਾਈ ਜੈਤਾ ਜੀ, ਭਾਈ ਆਡਾ ਜੀ, ਭਾਈ ਨਨੂਆ ਜੀ ਜੋ ਸਾਹਿਬਾਂ ਦਾ ਸੀਸ ਲਿਆ ਰਹੇ ਸਨ, ਪਿੱਛੋਂ ਔਰੰਗਜ਼ੇਬ ਦੀਆਂ ਫੌਜਾਂ ਸਿਰ ਚੜ੍ਹਾਈਆਂ। ਇਸ ਪਿੰਡ ਦੇ ਅੰਦਰ ਜੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੇਲੇ ਤੋਂ ਸਥਾਪਿਤ ਸਿੱਖੀ ਸੀ, ਉਹਨਾਂ ਦੇ ਕੋਲ ਜਦੋਂ ਇਹ ਪਹੁੰਚੇ ਔਰ ਦੱਸਿਆ, ਉਸ ਵਕਤ ਇੱਥੋਂ ਦੇ ਹੀ ਖੁਸ਼ਹਾਲ ਸਿੰਘ ਦਹੀਆ ਜੋ ਜੱਟ ਪਰਿਵਾਰ ਦੇ ਨਾਲ ਸੰਬੰਧਿਤ ਸਨ, ਉਹਨਾਂ ਨੇ ਕਿਹਾ ਕਿ ਹੁਣ ਕੋਈ ਰਸਤਾ ਨਹੀਂ ਹੈ, ਸਿਰ 'ਤੇ ਦੇਣਾ ਪਏਗਾ। ਸਾਰੇ ਕਹਿਣ ਲੱਗੇ ਕਿ ਸਿਰ 'ਤੇ ਬਚਾਉਣਾ ਹੈ। ਉਹ ਕਹਿੰਦੇ, ਨਹੀਂ, ਮੈਂ ਗੁਰੂ ਸਾਹਿਬ ਦੇ ਸੀਸ ਦੀ ਗੱਲ ਨਹੀਂ ਕਰਦਾ, ਮੈਂ ਤਾਂ ਗੱਲ ਕਰਦਾ ਹਾਂ ਆਪਣੇ ਸਿਰ ਦੀ, ਕਿ ਮੈਨੂੰ ਹੁਣ ਸਿਰ ਦੇਣਾ ਪਏਗਾ। ਉਹ ਸਿਰ ਦੇ ਕੇ ਸਤਿਗੁਰੂ ਪਾਤਸ਼ਾਹ ਗਰੀਨਵਾਸ ਦਾ ਸੀਸ ਇਹ ਸਿੱਖ ਲੈ ਕੇ ਅਨੰਦਪੁਰ ਸਾਹਿਬ ਰਵਾਨਾ ਹੋ ਜਾਣਗੇ। ਇਸ ਢੰਗ ਦੇ ਨਾਲ, ਇਸ ਸਟ੍ਰੈਟਜੀ ਦੇ ਨਾਲ, ਇਸ ਯੁਕਤੀ ਦੇ ਨਾਲ ਉਹਨਾਂ ਨੇ ਆਪਣਾ ਸੀਸ ਅਰਪਣ ਕਰਕੇ, ਕਿਉਂਕਿ ਉਹ ਦਾੜਾ ਵੀ ਰੱਖਦੇ ਸਨ ਅਤੇ ਪੱਗ ਵੀ ਬੰਨ੍ਹਦੇ ਸਨ, ਔਰ ਉਹਨਾਂ ਦੀ ਉਮਰ ਵੀ ਲਗਭਗ ਗੁਰੂ ਸਾਹਿਬ ਦੇ ਬਰਾਬਰ ਸੀ, ਔਰ ਇਸ ਢੰਗ ਦੇ ਨਾਲ ਇਹ ਮਹਾਨ ਸ਼ਹਾਦਤ ਦਾ ਦਿਨ, ਅੱਜ ਦਾ ਦਿਨ ਹੈ ਗੁਰੂ ਪਿਆਰਿਓ। ਔਰ ਅਸੀਂ ਇਸ ਪਵਿੱਤਰ ਅਸਥਾਨ ਦੇ ਉੱਤੇ ਅੱਜ ਦਰਸ਼ਨ ਕਰਨ ਵਾਸਤੇ ਆਏ ਹੋਏ ਹਾਂ। ਔਰ ਨਾਲ ਦੀ ਨਾਲ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਹਰਿਆਣੇ ਤੋਂ ਹੀ ਮਨੋਜ ਸਿੰਘ ਦੋਹਨ, ਐਡਵੋਕੇਟ ਮਨੋਜ ਕੁਮਾਰ ਦੋਹਨ ਤੋਂ ਪਿਛਲੇ ਸਾਲ ਤਕਰੀਬਨ ਇੱਕ ਸਾਲ ਹੋਇਆ ਰੋਹਤਕ ਵਿਖੇ ਆਪ ਜੀ ਨੇ ਸਿੱਖੀ ਦੇ ਵਿੱਚ ਪ੍ਰਵੇਸ਼ ਕੀਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਰਬ ਸਾਂਝੀ ਵਾਲਤਾ ਦੀ, ਸਤਿਗੁਰੂ ਪਾਤਸ਼ਾਹ ਦੀ ਬਰਾਬਰੀ ਦੀ, ਸਰਬੱਤ ਦੇ ਭਲੇ ਦੀ ਉਸ ਵਿਚਾਰਧਾਰਾ ਨੂੰ ਸਮਰਪਿਤ ਹੋਏ, ਔਰ ਨਾਲ ਹਜ਼ਾਰਾਂ ਹੀ ਸਾਥੀਆਂ ਨੇ ਸਿੱਖੀ ਦੇ ਵਿੱਚ ਆਉਣ ਦਾ ਪ੍ਰਣ ਕੀਤਾ, ਔਰ ਅੱਜ ਵੀ ਇਹ ਸਿੱਖੀ ਦੇ ਵਿੱਚੋਂ ਆ ਕੇ ਇਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਇਹਨਾਂ ਦੇ ਸਾਥੀ ਆਏ ਨੇ, ਉਹਨਾਂ ਨੇ ਦਸਤਾਰਾਂ ਧਾਰਨ ਕੀਤੀਆਂ ਨੇ, ਔਰ ਇਹ ਦਸਤਾਰਾਂ ਧਾਰਨ ਕਰਦਿਆਂ ਹੋਇਆਂ ਇਹ ਸਿਰਫ ਦਸਤਾਰ ਇਸ ਕਰਕੇ ਨਹੀਂ ਧਾਰਨ ਕੀਤੀ ਕਿ ਬਸ ਅੱਜ ਇਹ ਮੂਵਮੈਂਟ ਹੈ, ਕਿਰਤੀ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਅਤੇ ਫਿਰ ਇਹਨਾਂ ਲਾ ਦੇਣੀ ਹੈ, ਸਗੋਂ ਇਹਨਾਂ ਨੇ ਵਿਚਾਰਧਾਰਕ ਤੌਰ ਦੇ ਉੱਤੇ, ਜਿਹੜੀ ਵਿਚਾਰਧਾਰਾ ਦਾਸ ਨੇ ਮਨੋਜ ਸਿੰਘ ਦੋਹਨ ਉਹਨਾਂ ਨੂੰ ਸਮਝਾਈ, ਉਹਨਾਂ ਨੇ ਉਹੀ ਪ੍ਰਸ਼ਾਦ ਦੇ ਰੂਪ ਦੇ ਵਿੱਚ ਹਜ਼ਾਰਾਂ ਹੀ ਆਪਣੇ ਉਹਨਾਂ ਸਾਥੀਆਂ ਨੂੰ ਸਮਝਾਈ ਜਿਨ੍ਹਾਂ ਨੇ ਕਿਸੇ ਵੇਲੇ 16 ਤੋਂ ਲੈ ਕੇ 18 ਤੱਕ ਦਾ ਉਹ ਮਹਾਨ ਕਿਸਾਨ ਅੰਦੋਲਨ ਜਿਹੜਾ ਹੈ ਉਸਦੀ ਅਗਵਾਈ ਕੀਤੀ ਸੀ, ਔਰ ਅੱਜ ਇਹ ਇਸ ਜਗ੍ਹਾ ਦੇ ਉੱਤੇ ਆਏ ਨੇ, ਔਰ ਇੱਥੋਂ ਹੀ ਪ੍ਰੇਰਨਾ ਲੈ ਕੇ ਕਿ ਹਰਿਆਣੇ ਦੇ ਵਿੱਚ ਏਡੀ ਵੱਡੀ ਵਿਰਾਸਤ ਜਿਹੜੀ ਹੈ, ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਵੀ ਲੈ ਕੇ ਸ਼ੁਰੂ ਕਰਦੇ ਹਾਂ, ਦੂਜੇ 6ਵੇਂ ਪਾਤਸ਼ਾਹ ਵੀ ਇੱਥੇ ਚਰਨ ਪਏ, ਉਸ ਤੋਂ ਬਾਅਦ 9ਵੇਂ ਪਾਤਸ਼ਾਹ ਦੇ ਚਰਨ ਪਏ, ਔਰ ਇਸੇ ਹਰਿਆਣੇ ਦੇ ਵਿੱਚ 10ਵੇਂ ਪਾਤਸ਼ਾਹ ਦੇ, ਔਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਏ ਤਾਂ ਹਰਿਆਣੇ ਦੇ ਇਹਨਾਂ ਵੀਰ ਜਵਾਨਾਂ ਨੇ, ਜੋ ਇਹ ਪੁਰਾਤਨ ਪੁਰਸ ਦੀ ਉਹ ਸਭ ਸਿੰਧੂ ਦੀ ਧਰਤੀ, ਉਹ ਜੋ ਸਿੰਧੂ ਸਭਿਅਤਾ ਦੀ ਇਹ ਵੈਲੀ
जिसकी एक रूह है, जिसकी एक मिजाज है, जिसकी आत्मा दे विच ये आजादी वसी हुई है। और जदों जदों भी यह संघर्ष होया उन्होंने सतनामिया के रूप दे विच उस संघर्ष दे विच अपना योगदान पाया। सेरी और खंडा तो ही पहलियां फौजां जिहड़ियां ने वह रलियां और उस तो बाद संघर्ष जिहड़ा है वह महान ऐसा चढ़िया कि जिसने जो मुजारागिरी सी उसनू खत्म करके बाबा बंदा सिंह बहादुर ने जेड़े लोग हड़ वाक सन उन्होंने मालिक बनाया। ये बहुत महान इनकलाब और वह जो मालिक बनाए जमीना दे नहीं, जमीन जिहड़ी है सांझी कर दित्ती और वह किसान का जिहड़ा परिवार है जिस दे विच उसनू बनाउण वाला, हड़ नू बनाउण वाला, लोहे का कम करन वाला लोहार भी है, तरखान भी है और उस दे विच जुलाहा भी है, उस दे विच जो चर्मकार भी है, जे ये कह लईए कि उस दे विच छीपा भी है, जे कह लईए कि उस दे विच छत्ती बरादरी जिहड़ी है वह सारी किसान परिवार दे विच आउंदी है। अज उही किसान परिवार की बरकत दे नाल, उस एकता दे नाल अज ये संघर्ष जिहड़ा इस स्टेज दे उत्ते पहुंचा है कि ये किसी जात का नहीं है, किसी सूबे का नहीं है, ये समुची किसानी का जिहड़ा संघर्ष बन चुका है जिस दे विच ये सारा परिवार आउंदा है। और अज इस पवित्र पावन महान जो सरदार कुशाल सिंह दहिया जो गुरु के सिख सन उन्हां दी महान शहादत का दिन है, उन्हां नूं असी समर्पित हुंदिया होया, उन्हां नूं अर्पित हुंदिया होया दूजे वीरां नूं भी प्रेरणा दिंदे आ, बेनती करदे आ कि आओ ये जो विथा ने इन्हां नूं खत्म करिए, जातां पातां जिहड़ियां इन्हां तों उच्चे उठीए और जो सच्चा इंसानियत का धर्म है उसनों अपनाइए, जिस की सेहत सानू श्री गुरु ग्रंथ साहब जी महाराज उन्हां विच बैठे हुए सुयोगत सतगुरु साहबान अते भगत साहबान जिहड़े आ भगत नामदेव जी, कबीर जी, भगत रविदास जी, भगत सजना जी, सैन जी, रामानंद जी, जयदेव जी और ये सारे महापुरश जिहड़े आ शेख फरीद जी, ये सारे ही सानू सांझीवालता का संदेश दे रहे ने। आओ उसनों अपनाइए, एक हो जाइए ते जो सारी मनुखता मानवता दियां मुश्किलां ने उन्हां वास्ते रल के हमला मारीए। और अज दे दिन दे उत्ते असीं जिन्हां नूं रब ने अज सरकार बख्श कीती है, शक्ति दित्ती है, उन्हां नूं भी असीं प्यार साते बेनती करदे हां कि प्रजा नूं दे पालणहार हुंदे ने जो आगू हुंदे ने और ये किसी तरह दियां भी जिहड़ियां किड़ा नहीं रखणियां, जिदा नहीं रखणियां। और इस संघर्ष की जो बहुत वड्डी मंग नहीं है, कोई तुहाडे कोलों मंगिया नहीं जा रहा, यही है किया जा रहा कि भाई साढ़े कोलों खोवो ना, ये किया जा रहा कि साढ़े कोलों खोवो ना, इस करके देने की तो कोई गल ही नहीं है। इस करके इस नूं वापस लैंदिया होया जिहड़ियां होर मंगा ने किसानी दियां वह भी मंगिया जाण, किरतियां दियां जिहड़ियां वह भी मंगिया जाण और ये पूरा देश जिहड़ा भारत महान देश बने। असी माण दे नाल पूरे विश्व दे विच खड़ के कहीए कि असी भारती हाँ। इन्नियां ही बेनतियां साहिब गुरमीत सिंह गौरव तुहाडे तों आग्या लैंदा है और सारिया के धन्नवादी हाँ। मनोज दूहन जी नाल आए ने और हरप्रीत सिंह जी जमालपुर लुधियाणा तो और वीडियो की सेवा गुरप्रीत सिंह जी खन्ना तो जेडे कीर्तनीय भी ने, तबलावादक भी ने, लैक्चरार भी ने और वीडियोग्राफर फोटोग्राफर भी ने, उन्होंने भी सारियां नूं दियां ही हाजरियां लवाने हैं। और नाल दी नाल इस अस्थान के प्रबंधक जिन्होंने विशेष तौर दे उत्ते हुणे हुणे इस अस्थान नूं खोलिया, ये जो म्यूजियम है खोलिया दर्शनां वास्ते, उन्हां दे भी धन्नवादी हाँ। सतगुरु कृपा करन मेहर करन, नानक नाम चढ़दी कला तेरे पाणे सरबत दा भला। वाहिगुरु जी का खालसा, वाहिगुरु जी की फतह। बोले सो निहाल।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।